ਇੱਕ ਇੱਥੇ ਮੁੱਖ ਸਾਬਕਾ ਮੁੱਖ ਅਧਿਆਪਕ ਸੀਗਾ ਗੁਰਿੰਦਰਜੀਤ ਸਿੰਘ, ਜੋ ਕਿ ਆਪਣੀ ਰਿਟਾਇਰਮੈਂਟ ਲੈ ਚੁੱਕਾ ਸੀਗਾ। ਉਹਨੇ ਹਾਈ ਕੋਰਟ 'ਚ ਕੇਸ ਪਾਤਾ ਰੀਇਨਸਟੇਟ ਵਾਸਤੇ, ਔਰ ਹਾਈ ਕੋਰਟ ਨੂੰ ਸਟੇ ਦੇ ਕੇ 22 ਜੁਲਾਈ ਦੀ ਡੇਟ 'ਤੇ ਕਿ ਆਪਣੇ ਫੈਕਟ ਜਿਹੜੇ ਆ ਉਹ ਹਾਈ ਕੋਰਟ 'ਚ ਪੇਸ਼ ਕਰਦੇ। ਇਹ ਸਾਬਕਾ ਮੁੱਖ ਅਧਿਆਪਕ ਆਉਂਦਾ ਵਾ, ਆਣ ਕੇ ਟੀਚਰਾਂ ਨੂੰ ਧਮਕਾਉਂਦਾ, ਗੱਬਰ ਇਜ਼ ਬੈਕ, ਬੀ ਕੇਅਰਫੁੱਲ, ਧਮਕੀਆਂ ਦਿੰਦਾ, ਉਹਨਾਂ ਨੂੰ ਗਾਲਾਂ ਕੱਢਦਾ ਵਾ। ਉਹ ਪੰਚਾਇਤ ਨੂੰ ਅਪਰੋਚ ਕਰਦੇ ਨੇ, ਪੰਚਾਇਤ ਸਕੂਲ 'ਚ ਆਉਂਦੀ ਆ, ਪੰਚਾਇਤ ਜਦੋਂ ਪੁੱਛ ਪੜਤਾਲ ਕਰਦੀ ਪੰਚਾਇਤ ਨਾਲ ਮਿਸਬਿਹੇਵ ਕਰਦਾ ਵਾ। ਇਕੱਲਾ ਮਿਸਬਿਹੇਵ ਨਹੀਂ ਕਰਦਾ, ਇਹਨਾਂ ਨਾਲ ਪੂਰਾ ਗਾਲੋ ਗਲੋਚ ਹੁੰਦਾ, ਪਿਸਤੌਲ ਜਿਹੜਾ ਕੱਢ ਕੇ ਟੇਬਲ 'ਤੇ ਰੱਖ ਦਿੰਦਾ, ਕਹਿੰਦਾ ਨਵਾਂ ਨਵਾਂ ਰੀਨਿਊ ਕਰਾਇਆ ਮੈਂ। ਪੰਜਾਬ ਸਰਕਾਰ ਦਾਅਵਾ ਕਰ ਰਹੀ ਹੈ ਕਿ ਸਿੱਖਿਆ ਦਾ ਮਿਆਰ ਉੱਪਰ ਚੁੱਕਣਾ ਹੈ, ਪਰ ਜੋ ਤਸਵੀਰਾਂ ਹੁਣ ਅਸੀਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ, ਜੇਕਰ ਅਜਿਹੇ ਹਾਲਾਤ ਰਹੇ ਤਾਂ ਕੀ ਸੁਧਾਰ ਹੋਵੇਗਾ। ਮਾਮਲਾ ਬਟਾਲਾ ਦੇ ਪਿੰਡ ਹਰਦੋ ਝੰਡੇ ਤੋਂ ਸਾਹਮਣੇ ਆਇਆ, ਜਿੱਥੇ ਰਿਟਾਇਰਡ ਮੁੱਖ ਅਧਿਆਪਕ ਵੱਲੋਂ ਲਗਾਤਾਰ 3 ਦਿਨਾਂ ਤੋਂ ਸਕੂਲ ਆ ਕੇ ਬਾਕੀ ਸਟਾਫ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ, ਜਿੱਥੇ ਅੱਜ ਪਿੰਡ ਵਾਸੀਆਂ ਅਤੇ ਸਕੂਲ ਅਧਿਆਪਕਾਂ ਨੇ ਇਕੱਠੇ ਹੋ ਕੇ ਉਸ ਮੁੱਖ ਅਧਿਆਪਕ ਨੂੰ ਫੜ ਕੇ ਸਕੂਲ ਦਾ ਗੇਟ ਲਗਾ ਕੇ ਜ਼ਿਲ੍ਹਾ ਸਿੱਖਿਆ ਅਫਸਰ ਅਤੇ ਪੁਲਿਸ ਨੂੰ ਸਕੂਲ ਸੱਦਿਆ ਅਤੇ ਮੌਕੇ ਤੇ ਸਕੂਲ ਦੇ ਸਾਬਕਾ ਮੁੱਖ ਅਧਿਆਪਕ ਕੋਲੋਂ ਇੱਕ ਪਿਸਤੌਲ, 16 ਜ਼ਿੰਦਾ ਕਾਰਤੂਸ ਅਤੇ ਅਫੀਮ ਫੜੀ ਗਈ ਹੈ। ਇਸ ਮੌਕੇ ਪਿੰਡ ਵਾਸੀ ਸੁਰਜੀਤ ਸਿੰਘ ਨੇ ਦੱਸਿਆ ਕਿ ਸਾਬਕਾ ਮੁੱਖ ਅਧਿਆਪਕ ਲਗਾਤਾਰ 3 ਤੋਂ 4 ਦਿਨਾਂ ਤੋਂ ਸਕੂਲ ਪਿਸਤੌਲ ਲੈ ਕੇ ਆਉਂਦਾ ਅਤੇ ਸਕੂਲ ਦੇ ਸਟਾਫ ਨੂੰ ਧਮਕਾਉਂਦਾ ਹੈ। ਇਹ ਮਸਲਾ ਜੀ ਪਿਛਲੇ ਕੋਈ 4 ਦਿਨ ਤੋਂ ਚੱਲ ਰਿਹਾ। ਇੱਕ ਇੱਥੇ ਮੁੱਖ ਸਾਬਕਾ ਮੁੱਖ ਅਧਿਆਪਕ ਸੀਗਾ ਗੁਰਿੰਦਰਜੀਤ ਸਿੰਘ, ਜੋ ਕਿ ਆਪਣੀ ਰਿਟਾਇਰਮੈਂਟ ਲੈ ਚੁੱਕਾ ਸੀਗਾ। ਉਹਨੇ ਹਾਈ ਕੋਰਟ 'ਚ ਕੇਸ ਪਾਤਾ ਰੀਇਨਸਟੇਟ ਵਾਸਤੇ, ਔਰ ਹਾਈ ਕੋਰਟ ਨੂੰ ਸਟੇ ਦੇ ਕੇ 22 ਜੁਲਾਈ ਦੀ ਡੇਟ 'ਤੇ ਕਿ ਆਪਣੇ ਫੈਕਟ ਜਿਹੜੇ ਆ ਤੂੰ ਹਾਈ ਕੋਰਟ 'ਚ ਪੇਸ਼ ਕਰਦੇ। ਔਰ ਜਦੋਂ ਕਿ ਉਹਨੂੰ ਕੋਈ ਆਰਡਰ ਨਹੀਂ ਮਿਲਿਆ ਕਿ ਤੂੰ ਹਰਦੋ ਝੰਡੇ ਸਕੂਲ ਜੁਆਇਨ ਕਰ। ਇਹ ਸਾਬਕਾ ਮੁੱਖ ਅਧਿਆਪਕ ਆਉਂਦਾ ਵਾ, ਆਣ ਕੇ ਟੀਚਰਾਂ ਨੂੰ ਧਮਕਾਉਂਦਾ, ਗੱਬਰ ਇਜ਼ ਬੈਕ, ਬੀ ਕੇਅਰਫੁੱਲ, ਔਰ ਧਮਕੀਆਂ ਦਿੰਦਾ, ਉਹਨਾਂ ਨੂੰ ਗਾਲਾਂ ਕੱਢਦਾ ਵਾ। ਉਹ ਪੰਚਾਇਤ ਨੂੰ ਅਪਰੋਚ ਕਰਦੇ ਨੇ, ਪੰਚਾਇਤ ਸਕੂਲ 'ਚ ਆਉਂਦੀ ਆ, ਪੰਚਾਇਤ ਜਦੋਂ ਪੁੱਛ ਪੜਤਾਲ ਕਰਦੀ ਪੰਚਾਇਤ ਨਾਲ ਮਿਸਬਿਹੇਵ ਕਰਦਾ ਵਾ। ਔਰ ਉਸ ਤੋਂ ਬਾਅਦ ਇਕੱਲਾ ਮਿਸਬਿਹੇਵ ਨਹੀਂ ਕਰਦਾ, ਇਹਨਾਂ ਨਾਲ ਪੂਰਾ ਗਾਲੋ ਗਲੋਚ ਹੁੰਦਾ, ਪਿਸਤੌਲ ਜਿਹੜਾ ਕੱਢ ਕੇ ਟੇਬਲ 'ਤੇ ਰੱਖ ਲੈਂਦਾ, ਕਹਿੰਦਾ ਨਵਾਂ ਨਵਾਂ ਰੀਨਿਊ ਕਰਾਇਆ ਮੈਂ। ਔਰ ਫਿਰ ਡੀ ਓ ਸਾਹਿਬ ਨੂੰ ਬੁਲਾਇਆ ਜਾਂਦਾ, ਇਹ ਗੱਲ ਆ ਕੱਲ੍ਹ ਦੀ। ਡੀ ਓ ਸਾਹਿਬ ਆਉਂਦੇ ਨੇ, ਡੀ ਓ ਸਾਹਿਬ ਕਹਿੰਦੇ ਜੀ 2 ਦਿਨ ਦੀ ਲੀਗਲ ਪ੍ਰੋਸੀਜਰ ਆਪਾਂ ਕਰ ਲੈਂਦੇ, ਉਸ ਤੋਂ ਬਾਅਦ ਜੋ ਵੀ ਕਾਰਵਾਈ ਆਪਾਂ ਕਰਾਂਗੇ। ਔਰ ਅੱਜ ਫਿਰ ਦੁਬਾਰਾ ਆ ਜਾਂਦਾ, ਜਦੋਂ ਫਿਰ ਦੁਬਾਰਾ ਆਉਂਦਾ ਵਾ ਸਕੂਲ ਦੇ, ਜਾਣ ਕੇ ਨਿਊਸੈਂਸ ਕ੍ਰੀਏਟ ਕਰਦਾ, ਉਹ ਫਿਰ ਪੰਚਾਇਤ ਨੂੰ ਬੁਲਾਇਆ ਜਾਂਦਾ, ਪੰਚਾਇਤ ਫਿਰ ਆਉਂਦੀ ਆ, ਫਿਰ ਮਿਸਬਿਹੇਵ ਕਰਦਾ, ਕਦੀ ਆਪਣੀ ਪੱਗ ਲਾ ਲੈਂਦਾ, ਕਦੀ ਆਪਣੀ ਲੀੜੇ ਪਾੜਨ ਲੱਗ ਪੈਂਦਾ। ਜਦੋਂ ਪੰਚਾਇਤ ਕਹਿੰਦੀ ਵੀ ਆਰਡਰ ਦਿਖਾ ਦੇ, ਆਰਡਰ ਹੈ ਨਹੀਂ ਕੋਈ। ਔਰ ਇਹ ਜਿਹੜਾ ਸਿਸਟਮ ਆ ਇਹ ਚੱਲਣ ਡਿਆ। ਆਪਾਂ ਹੁਣ ਅੱਜ ਵੀ ਸਿੱਖਿਆ ਅਫਸਰ ਆਇਆ, ਪੁਲਿਸ ਨੂੰ ਵੀ ਰਿਪੋਰਟ ਕੀਤੀ, ਇਹਦੀ ਗੱਡੀ 'ਚੋਂ ਨਸ਼ਾ ਵੀ ਬਰਾਮਦ ਹੋਇਆ, ਔਰ ਇਹਦੇ ਕੋਲ ਪਿਸਟਲ ਲੋਡਡ ਔਰ ਖਾਬ ਜਿਹੜੇ ਜਿੰਦਾ ਰਾਉਂਡ ਜਿਹੜੇ ਆ ਉਹ ਵੀ ਪ੍ਰਾਪਤ ਹੋਏ ਨੇ। ਉਹ ਆਪਾਂ ਪੁਲਿਸ ਨੂੰ ਲਿਖ ਕੇ ਕਾਰਵਾਈ ਕਰਕੇ ਇਹਨੂੰ SHO ਦੇ ਹੈਂਡਓਵਰ ਕਰਨ ਲੱਗੇ ਹਾਂ। ਪੂਰੀ ਪੰਚਾਇਤ ਜਾ ਰਹੀ ਆ, ਔਰ ਜੋ ਵੀ ਅਗਲੀ ਕਾਰਵਾਈ ਬਣਦੀ ਆ ਉਹ ਪੁਲਿਸ ਕਰੂਗੀ ਔਰ ਐਜੂਕੇਸ਼ਨ ਮਹਿਕਮਾ ਕਰੂਗਾ। ਸਕੂਲ 'ਚ DO ਸਾਹਿਬ ਨੂੰ ਅਸੀਂ ਕਹਿਤਾ ਵੀ ਸਕੂਲ 'ਚ ਆਉਣਾ ਨਹੀਂ ਚਾਹੀਦਾ, ਉਹਨਾਂ ਨੇ ਫਿਰ ਇਹਦੇ ਡਰ ਤੋਂ, ਵੇਖੋ ਇੱਕ ਮੁੱਖ ਅਧਿਆਪਕ ਪੂਰਾ ਡਿਪਾਰਟਮੈਂਟ ਡਰ ਰਿਹਾ, 2 ਦਿਨ ਦੀ ਸਕੂਲੇ ਛੁੱਟੀ ਕਰਤੀ ਆ, ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਔਰ ਟੀਚਰਾਂ ਦਾ ਨੁਕਸਾਨ। ਉਹ ਦੇਖੋ ਇਹ ਮੈਂ ਹੈਰਾਨ ਹੁੰਦਾ ਵਾਂ ਵੀ ਅਗਰ ਆਰਡਰ ਲੀਗਲ ਕਾਰਵਾਈ ਅਗਰ ਹੈ, ਅਗਰ 4 ਦਿਨ ਹੋ ਗਏ ਨੇ, ਡਿਪਾਰਟਮੈਂਟ ਨੂੰ ਚਾਹੀਦਾ ਕਿ ਛੇਤੀ ਤੋਂ ਛੇਤੀ ਅਤੇ ਜੋ ਵੀ ਫੈਸਲਾ ਲੈਣਾ ਉਹ ਜੁਆਇਨ ਕਰਾਉਂਦਾ ਕਿਤੇ, ਜੇ ਨਹੀਂ ਕਰਾਉਣਾ ਤਾਂ ਉਹਦੇ ਘਰ ਆਰਡਰ ਕਰਦਾ ਤੂੰ ਜੁਆਇਨ ਨਹੀਂ ਕਰ ਸਕਦਾ। ਅਤੇ ਇਸ ਮੌਕੇ ਜਦੋਂ ਪਿੰਡ ਵਾਸੀਆਂ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੀ ਸਕੂਲ ਦੇ ਸਾਬਕਾ ਮੁੱਖ ਅਧਿਆਪਕ ਗੁਰਵਿੰਦਰ ਸਿੰਘ ਜੀਤ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਪਿੰਡ ਵਾਸੀਆਂ ਵੱਲੋਂ ਲਗਾਏ ਜਾ ਰਹੇ ਸਾਰੇ ਆਰੋਪਾਂ ਨੂੰ ਨਕਾਰਦਿਆਂ ਕਿਹਾ ਕਿ ਇਹ ਸਾਰੇ ਆਰੋਪ ਝੂਠੇ ਨੇ ਅਤੇ ਮੈਂ ਆਪਣੀ ਰੱਖਿਆ ਦੇ ਲਈ ਲਾਇਸੈਂਸੀ ਪਿਸਤੌਲ ਰੱਖੀ ਹੈ। ਦੇਖੋ ਜੋ ਕੁਛ ਮੇਰੇ ਕੋਲ ਹੈਗਾ ਨਾ ਲੀਗਲ ਆ, ਠੀਕ ਹੈ ਜੀ, ਕੋਰਟ ਦੇ ਵਿੱਚੋਂ ਮੈਨੂੰ ਸਟੇ ਹੋਈ ਆ, ਅਤੇ ਇਹਨਾਂ ਨੂੰ ਜੋ ਪ੍ਰੋਬਲਮ ਹੈ ਇਹ ਲੀਗਲ ਚੱਲਣ, ਇਹ ਮੈਂ ਇੱਥੇ ਆਇਆ, ਮੈਂ ਮੇਲਾਂ ਕਰਨੀਆਂ, ਮੈਂ ਸਭ ਨੂੰ ਇਨਫੋਰਮ ਕਰਨਾ, ਠੀਕ ਹੈ ਨਾ। ਆਰਡਰ ਡੈਪਟੀ ਐਡਵੋਕੇਟ ਜਨਰਲ ਨੇ ਟਾਈਮ ਲਿਆ ਆ, ਅਤੇ ਠੀਕ ਹੈ, ਮੈਂ ਉਹ ਟਾਈਮ ਬਾਰੇ ਇਨਫੋਰਮ ਨਹੀਂ ਕਰਨਾ, ਠੀਕ ਹੈ ਨਾ। ਜੋ ਮੇਰੇ ਕੋਲ ਇਲੀਗਲ ਆ ਉਹਦੇ ਲਈ ਮੇਰੇ 'ਤੇ ਐਕਸ਼ਨ ਲੈ ਲੈਣ। ਸਵੇਰ ਦੀ ਇਹਨਾਂ ਮੇਰੀ ਚਾਬੀ ਖੋਈ ਆ ਗੱਡੀ ਦੀ, ਆਹ ਵੇਖ ਲਓ ਮੈਨੂੰ ਕਿੱਦਾਂ ਪਾਇਆ ਇਹਨਾਂ ਨੇ। ਮੁਲਾਜ਼ਮ ਦਾ ਕੋਈ ਅਧਿਕਾਰ ਨਹੀਂ, ਉਹ ਸਾਹ ਲੈਣ ਜੋਗਾ ਵੀ ਹੈ ਨਹੀਂ, ਤੇ ਮੈਂ ਹੈ ਦਿਮਾਗ ਖਰਾਬ, ਮੈਂ ਆਰਡਰ ਨਹੀਂ ਸਰਵ ਕਰਨੇ, ਮੈਂ ਸਾਲ ਨਹੀਂ ਆਇਆ ਇੱਥੇ, ਠੀਕ ਹੈ ਨਾ। ਜੇ ਮੈਂ ਸਾਲ ਨਹੀਂ ਆਇਆ ਤੇ ਉਹ ਕਿਉਂ ਨਹੀਂ ਆਇਆ, ਮੇਰੇ ਕੋਲ ਕੁਛ ਹੈ ਹੀ ਨਹੀਂ। ਹੁਣ ਮੈਨੂੰ ਆਰਡਰ ਮਿਲ ਗਿਆ ਤੇ ਮੈਂ ਮਤਲਬ ਉਹ ਸਰਵ ਨਹੀਂ, ਮੈਨੂੰ ਇਹਨਾਂ ਜੁਆਇਨ ਨਹੀਂ ਹੋਣ ਦਿੱਤਾ ਅਜੇ ਤੱਕ। ਕੋਰਟ ਦੇ ਆਰਡਰਾਂ ਤੋਂ ਬਾਅਦ ਵੀ
ਇਹ ਧੱਕੇ ਨਾ ਮੈਨੂੰ, ਮੈਂ ਕੀਤਾ ਹੀ ਨਹੀਂ ਵੀ ਮੈਂ ਅਗਲਾ ਪ੍ਰੋਸੀਜਰ ਜੁਆਇਨ ਕਰ ਜੂੰਗਾ। ਦੇਖੋ ਮੇਰਾ ਕੀ ਮਸਲਾ ਆ, ਇਹ ਜਾਣਨ ਡਿਪਾਰਟਮੈਂਟ ਜਾਣੇ ਕੋਰਟ ਜਾਣੇ। ਯਾਰ ਮੈਂ ਆਪਣੀ ਸੇਫਟੀ ਲਈ, ਮੇਰੇ ਕੋਲ ਲਾਇਸੈਂਸ ਆ, ਵੇਖ ਨੀ ਤੁਸੀਂ ਪੰਜਾਬ 100 ਬੰਦਾ ਤੇ ਮੇਰੇ ਦੁਆਲੇ ਸਵੇਰ ਦਾ ਹੀ ਏਦਾਂ ਹੀ ਇਹ ਪਹਿਲੋਂ ਕਰਦੇ। ਸਾਲ ਪਹਿਲੋਂ ਸਰਪੰਚ ਸਾਹਿਬ ਨੇ ਇੱਕ ਇਨਕੁਆਇਰੀ ਪਾਈ, ਠੀਕ ਹੈ ਨਾ, ਉਹ ਇਨਕੁਆਇਰੀ ਹੁਣ ਕੰਪਲੀਟ ਹੋਈ ਹੈ, ਉਹ ਇਨਕੁਆਇਰੀ ਕੋਰਟ ਨੇ ਸਟੇਅ ਕਰਤੀ ਹੈ। ਮੈਂ ਸਟੇਅ ਲੈ ਕੇ ਵੀ ਨਹੀਂ ਸਰਵ ਕਰਨਾ, ਉਹ ਉੱਪਰੋਂ ਹੀ ਸਰਵ ਹੋ ਗਿਆ ਸਾਰਾ ਕੁਛ। ਆਪਾਂ ਲੜਾਈ ਮੁਕਾਣੀ ਹੁੰਦੀ ਬੰਦਾ, ਮੈਂ ਤੇ ਲੜਾਈ ਮੈਂ ਯਾਰ ਮੈਂ ਲੜਾਈ ਪਾਉਣ ਹੀ ਨਹੀਂ ਡਿਆ, ਮੇਰੀ ਹੋਰ ਕਿਤੇ ਕਰ ਦੇਣ, ਇੱਥੇ ਰੱਖਣ। ਇਹ ਤੇ ਡਿਪਾਰਟਮੈਂਟ ਦੀ ਗੱਲ ਜਾਂ ਕੋਰਟ ਦੀ ਗੱਲ ਆ, ਮੈਂ ਸਟੇਅ ਦੇ ਆਰਡਰ ਦੇਣ ਵੀ ਨਹੀਂ ਆਉਣਾ। ਉਥੇ ਹੀ ਮੌਕੇ ਤੇ ਪਹੁੰਚੇ ਜ਼ਿਲ੍ਹਾ ਸਿੱਖਿਆ ਅਫਸਰ ਨੇ ਕਿਹਾ ਕਿ ਮੇਰੇ ਵੱਲੋਂ ਉੱਚ ਅਧਿਕਾਰੀਆਂ ਨੂੰ ਰਿਪੋਰਟ ਬਣਾ ਕੇ ਦੇ ਦਿੱਤੀ ਗਈ ਹੈ, ਉਹਨਾਂ ਵੱਲੋਂ ਅੱਗੇ ਕੀ ਫੈਸਲਾ ਆਉਂਦਾ ਹੈ ਉਹ ਰਿਪੋਰਟ ਤੋਂ ਬਾਅਦ ਹੀ ਪਤਾ ਚੱਲ ਸਕੇਗਾ। ਅੱਜ ਇੱਥੇ ਮੈਂ ਆਇਆ ਸੀਗਾ ਔਰ ਪੰਚਾਇਤ ਨੇ ਇੱਕ ਮੈਨੂੰ ਐਪਲੀਕੇਸ਼ਨ ਵੀ ਦਿੱਤੀ ਹੈ ਕਿ ਇੱਥੇ ਜੋ ਸਾਡੇ ਮਾਸਟਰ ਸੀਗੇ ਪਹਿਲਾਂ, ਉਹਨਾਂ ਦੇ ਨਾਲ ਕੁਛ ਪੰਚਾਇਤ ਦੇ ਨਾਲ ਕੁਛ ਗੱਲਬਾਤ ਹੋਈ ਹੈ ਔਰ ਉਹਨਾਂ ਨੇ ਉਹਨਾਂ ਦੇ ਖਿਲਾਫ਼ ਇੱਕ ਸ਼ਿਕਾਇਤ ਦਿੱਤੀ ਹੈ ਪੁਲਿਸ ਨੂੰ, ਜਿਹੜੀ ਕਿ ਮੈਂ ਅੱਗੇ ਫਾਰਵਰਡ ਕਰ ਰਿਹਾ ਔਰ ਪੂਰੀ ਰਿਪੋਰਟ ਜਿਹੜੀ ਆ ਉਹ ਹੈੱਡ ਆਫਿਸ ਨੂੰ ਭੇਜ ਰਿਹਾ। ਇਹ ਹੈੱਡ ਆਫਿਸ ਜਿਹੜਾ ਇਹਦੇ ਉੱਤੇ ਫੈਸਲਾ ਕਰ ਲਏਗੀ। ਚਲੋ ਹਾਂ, ਉਹ ਵੀ ਸਾਰਾ ਕੁਛ ਉੱਪਰ ਭੇਜਿਆ ਹੋਇਆ ਔਲਰੇਡੀ ਔਰ ਕੰਸਿਡਰੇਸ਼ਨ ਦੇ ਵਿੱਚ ਹੈੱਡ ਆਫਿਸ 'ਤੇ ਕਰ ਰਹੇ ਨੇ ਉਹ ਗੱਲ। ਚਲੋ ਇਹ ਪੁਲਿਸ ਦੀ ਤਫਤੀਸ਼ ਦਾ ਹਿੱਸਾ ਹੈ, ਉਹ ਕਰ ਲੈਣਗੇ ਆਪਣੀ। ਮੈਂ ਡਿਪਾਰਟਮੈਂਟ ਵੱਲੋਂ ਮੈਂ ਸਾਰਾ ਕੁਛ ਲਿਖ ਕੇ ਹੈੱਡ ਆਫਿਸ ਨੂੰ ਭੇਜ ਰਿਹਾ। ਨਹੀਂ ਇੱਕ ਕਿਉਂਕਿ ਸਾਰੀ ਰਿਪੋਰਟ ਭੇਜਣੀ ਹੁੰਦੀ ਹੈ ਔਰ ਇਹ ਉੱਥੇ ਹੈੱਡ ਆਫਿਸ ਦੇ ਲੈਵਲ 'ਤੇ ਹੋਣੀ ਹੈ, ਉਹ ਕਰ ਲੈਣਗੇ। ਦੱਸ ਦੇਈਏ ਕਿ ਸਰਕਾਰੀ ਹਾਈ ਸਕੂਲ ਦਾ ਸਾਬਕਾ ਮੁੱਖ ਅਧਿਆਪਕ ਗੁਰਵਿੰਦਰਜੀਤ ਸਿੰਘ 2 ਸਾਲ ਪਹਿਲਾਂ ਹੀ ਰਿਟਾਇਰਮੈਂਟ ਲੈ ਲੈਂਦਾ ਹੈ, ਕਿਉਂਕਿ ਸਕੂਲ ਵੱਲੋਂ ਉਸ ਦੀ ਵੱਖ ਵੱਖ ਕੇਸਾਂ ਨੂੰ ਲੈ ਕੇ ਤਫਤੀਸ਼ ਚੱਲ ਰਹੀ ਹੁੰਦੀ ਹੈ ਅਤੇ ਮੁੱਖ ਅਧਿਆਪਕ ਵੱਲੋਂ ਮਾਨਯੋਗ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਂਦਾ, ਜਿਸ ਦੇ ਵਿੱਚ 1 ਸਾਲ ਬਾਅਦ ਕੋਰਟ ਸਟੇਅ ਦੇ ਦਿੰਦੀ ਹੈ। ਪਰ ਹੁਣ ਇਸ ਸਾਬਕਾ ਮੁੱਖ ਅਧਿਆਪਕ ਦੇ ਵੱਲੋਂ ਸਕੂਲ ਦੇ ਵਿੱਚ ਆ ਕੇ ਬਾਕੀ ਸਟਾਫ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਹੀ ਹੈ। ਹਾਲਾਂਕਿ ਜਿੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਦਾ ਭਰੋਸਾ ਦਿੱਤਾ ਗਿਆ, ਉੱਥੇ ਹੀ ਸਕੂਲ ਨੂੰ 2 ਦਿਨਾਂ ਦੇ ਲਈ ਬੰਦ ਕਰਨ ਦੇ ਆਦੇਸ਼ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਦੇ ਦਿੱਤੇ ਗਏ ਹੈ, ਜਿਸ ਦੇ ਨਾਲ ਬੱਚਿਆਂ ਦੀ ਪੜ੍ਹਾਈ ਤੇ ਕਾਫੀ ਜ਼ਿਆਦਾ ਅਸਰ ਹੋਵੇਗਾ। D5 ਚੈਨਲ ਪੰਜਾਬੀ ਲਈ ਗੁਰਦਾਸਪੁਰ ਤੋਂ ਜਸਵਿੰਦਰ ਬੇਦੀ ਦੀ ਰਿਪੋਰਟ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ ਮਸ਼ੀਨਾਂ ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ .com ਕਾਨੂੰਨ ਜਾਇਦਾਦ ਦਾ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।